ਵਿਦੇਸ਼ ਤੋਂ ਆਇਆ ਹੋਇਆ ਇੱਕ ਜੋੜਾ ਜਿਸਦੇ ਨਾਲ ਵੱਡੀ ਘਟਨਾ ਵਾਪਰ ਗਈ, ਪਰ ਕੋਈ ਮੀਡੀਆ ਬੋਲਣ ਨੂੰ ਤਿਆਰ ਨਹੀਂ। ਮਨੁੱਖਤਾ ਦੇ ਖਾਸ ਕਰਕੇ ਭਾਰਤੀਆਂ ਦੇ ਮੱਥੇ ਤੇ ਕਲੰਕ ਹੈ ਵੱਡਾ। ਟੀਵੀ ਤੇ ਬਾਰ ਬਾਰ ਇੱਕ ਅਮੀਰ ਘਰਾਣੇ ਦਾ ਵਿਆਹ ਤਾਂ ਦਿਖ ਰਿਹਾ, ਵਿਆਹ ਤਾਂ ਗਰੀਬ ਦਾ ਵੀ ਹੈ, ਗਰੀਬ ਦੀ ਧੀ ਕਿਵੇਂ ਉੱਠੇਗੀ ਘਰ ਦੇ ਵਿੱਚੋਂ? ਪੀਰਾਂ ਕੰਬਲਾਂ ਦੀ ਧਰਤੀ ਭਾਰਤ ਦੇਸ਼ ਨੂੰ ਕਿਹਾ ਜਾਂਦਾ ਹੈ, ਪਰ ਉਸੇ ਭਾਰਤ ਦੇਸ਼ ਦੇ ਵਿੱਚ ਏਦਾਂ ਦੀ ਪਹਿਲੀ ਵਾਰ ਘਟਨਾ ਨਹੀਂ ਵਾਪਰੀ। ਪਹਿਲਾਂ ਮਣੀਪੁਰ ਦੀ ਘਟਨਾ ਤੁਸੀਂ ਦੇਖੀ। ਧਰਮ ਤਾਂ ਅੰਦਰ ਦਇਆ ਭਾਵਨਾ ਹੋਣੀ ਚਾਹੀਦੀ ਹੈ, ਜਦੋਂ ਤੁਹਾਡੇ ਅੰਦਰ ਦਇਆ ਨਹੀਂ, ਸਿਰਫ ਸ਼ਕਲ ਬਦਲ ਕੇ ਧਰਮੀ ਬਣ ਜਾਈਦਾ। ਮੋਦੀ ਨੂੰ ਵੀ ਉਸ ਤੇ ਤੁਰੰਤ ਬਿਆਨ ਆਉਣਾ ਚਾਹੀਦਾ ਸੀ। ਮੀਡੀਆ ਦੇ ਵੀ ਕੈਮਰਿਆਂ ਦੇ ਮੂੰਹ ਦੂਜੇ ਪਾਸੇ ਮੁੜ ਜਾਣੇ ਚਾਹੀਦੇ, ਇਹਨਾਂ ਦੇ ਨਾਲ ਬੀਤੀ ਹੈ ਉਹਨਾਂ ਨੂੰ ਪਤਾ, ਤੇ ਆਪਣੀਆਂ ਪੀੜ੍ਹੀਆਂ ਤੱਕ ਵੀ ਦੱਸਣਗੇ ਕਿ ਕਿਤੇ ਵੀ ਦੁਨੀਆਂ ਦੇ ਵਿੱਚ ਘੁੰਮ ਲਿਓ, ਇੱਕ ਭਾਰਤ ਨਾ ਬਣਿਓ, ਕਹਿਣਗੇ ਕਿ ਉੱਥੇ ਅਜਿਹੇ ਅਸੀਂ ਸਭ ਇਨਸਾਨ ਵਿੱਚ ਆ ਜਾਂਦੇ ਹਾਂ, ਉਦੋਂ ਕਿ ਅਜਿਹੇ ਦਰਿੰਦੇ ਵੱਸਦੇ ਨੇ। ਤਾਂ ਹੀ ਲੋਕ ਲੱਗਦੇ ਕਹਿੰਦੇ ਨੇ ਕਿ ਅਰਬ ਵਰਗੇ, ਅਰਬ ਕੰਟਰੀਆਂ ਵਰਗੇ ਕਾਨੂੰਨ ਬਣਨੇ ਚਾਹੀਦੇ ਨੇ, ਕਿ ਅਰਬ ਕੰਟਰੀਆਂ ਦੇ ਵਿੱਚ ਕਿਸੇ ਇਨਸਾਨ ਦੀ ਜ਼ਰੂਰਤ ਨਹੀਂ ਕਿ ਕਿਸੇ ਲੇਡੀਜ਼ ਦੇ ਵੱਲ ਜਾਂ ਕੋਈ ਏਦਾਂ ਦਾ ਰੇਪ ਕਰਦੇ ਜਾਂ ਫਿਰ ਕੋਈ ਹੱਥ ਚੱਕ ਕੇ ਦੇਖ ਲਈਏ। ਇਹ ਬਣਦੀ ਸਜ਼ਾ ਇਨਸਾਫ਼ ਲਈ ਨਾ ਮਿਲੇ, ਫਿਰ ਤਾਂ ਇਹ ਦੇਖੋ ਆਵਾਜ਼ ਤਾਂ ਉੱਠੇਗੀ। ਅੱਜ ਕੋਈ ਸਰਕਾਰ ਕਰਦੇ ਨੇ ਕਿ ਵਿਦੇਸ਼ਾਂ ਦੇ ਵਿੱਚ ਇਹਨਾਂ ਵਿਦੇਸ਼ਾਂ ਦੇ ਵਿੱਚ ਕਿਉਂ ਨਹੀਂ ਏਦਾਂ ਦੀ ਘਟਨਾ ਵਾਪਰਦੀਆਂ, ਸਾਡੇ ਦੇਸ਼ ਦੇ ਅੰਦਰ ਕਿਉਂ ਇੰਨੀ ਹਵਾ ਨਹੀਂ ਪੈਦਾ ਹੋ। ਬੀਤੇ ਦਿਨੀ ਦੇਸ਼ ਦੇ ਮਸ਼ਹੂਰ ਅਮੀਰ ਆਦਮੀ ਅੰਬਾਨੀਆਂ ਦੇ ਘਰ ਵਿਆਹ ਸੀ, ਜਿੱਥੇ ਕਿ ਪੰਜਾਬ ਦੇ ਗਾਇਕ ਦਲਜੀਤ ਦੋਸਾਂਝ ਨੇ ਆਪਣੀ ਪ੍ਰੋਮਿਸ ਕੀਤੀ। ਦੂਜੇ ਪਾਸੇ ਵਿਦੇਸ਼ ਤੋਂ ਰਿਆਨਾ ਵਰਗੀਆਂ ਮਹਿੰਗੀ ਕਲਾਕਾਰ ਅੰਬਾਨੀ ਪਰਿਵਾਰ ਨੇ ਬੁਲਾਇਆ, ਜਿਨ੍ਹਾਂ ਨੂੰ ਕਰੋੜਾਂ ਰੁਪਇਆ ਦਿੱਤਾ। ਪਰ ਇਸੇ ਵਿਆਹ ਦੇ ਵਿੱਚ ਦੇਸ਼ ਦੀ ਘਟਨਾ ਦੇ ਉੱਤੇ ਏਦਾਂ ਦਾ ਪਰਦਾ ਪਿਆ ਕਿ ਕਿਸੇ ਨੈਸ਼ਨਲ ਮੀਡੀਆ ਨੇ, ਕਿਸੇ ਲੋਕਲ ਮੀਡੀਆ ਨੇ ਉਹ ਮੁੱਦਾ ਨਹੀਂ ਵਿਖਾਇਆ, ਜਿਸ ਨੂੰ ਲੈ ਕੇ ਦੇਸ਼ ਸ਼ਰਮਸਾਰ ਹੋਇਆ। ਤਾਂ ਇਸੇ ਨੂੰ ਲੈ ਕੇ ਮਾਮਲਾ ਹੈ ਝਾਰਖੰਡ ਦਾ, ਜਿੱਥੇ ਕਿ ਇੱਕ ਵਿਦੇਸ਼ ਤੋਂ ਕਪਿਲ, ਜੋ ਵਿਦੇਸ਼ ਤੋਂ ਘੁੰਮਣ ਵਾਸਤੇ ਜੋੜਾ ਕਈ ਦੇਸ਼ਾਂ ਵਿੱਚ ਘੁੰਮ ਕੇ ਉਸ ਤੋਂ ਬਾਅਦ ਭਾਰਤ ਪਹੁੰਚਦਾ ਹੈ, ਭਾਰਤ ਦੇ ਕਈ ਜਗ੍ਹਾ ਪਹੁੰਚਦਾ, ਹਰਿਮੰਦਰ ਸਾਹਿਬ ਮੱਥਾ ਟੇਕਦਾ, ਪੰਜਾਬ ਦੇ ਵਿੱਚ ਘੁੰਮਦਾ ਤੇ ਹੋਰ ਕਈ ਜਗ੍ਹਾ ਘੁੰਮਦਾ, ਪਰ ਝਾਰਖੰਡ ਦੇ ਵਿੱਚ ਜਦੋਂ ਉਹ ਜੋੜਾ ਘੁੰਮਦਾ ਤਾਂ ਉਸ ਸਮੇਂ ਉਸ ਜੋੜੇ ਦੇ ਨਾਲ ਘਟਨਾ ਵਾਪਰੀ, ਜਿਸ ਤੋਂ ਬਾਅਦ ਦੇਸ਼ ਸ਼ਰਮਸਾਰ ਹੋਇਆ। ਘਟਨਾ ਕੀ ਸੀ ਪੂਰੀ ਖ਼ਬਰ ਦਿਖਾਵਾਂਗੇ, ਵੱਧ ਤੋਂ ਵੱਧ ਸ਼ੇਅਰ ਕਰਿਓ। ਇਸ ਪੂਰੇ ਮਾਮਲੇ ਲਈ, ਇਸ ਮੁੱਦੇ ਲਈ ਸਾਡੇ ਨਾਲ ਰਵਿੰਦਰ ਸਿੰਘ ਵਜੀਦਪੁਰ ਨੇ, ਤਾਂ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਤਾਂ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਅੰਬਾਨੀਆਂ ਦਾ ਵਿਆਹ, ਪੂਰੀ ਚਰਚਾ ਛਿੜੀ ਹੋਈ ਸਾਰੇ ਮੀਡੀਆ ਦੇ ਉੱਤੇ, ਅੰਬਾਨੀਆਂ ਦਾ ਵਿਆਹ, ਅੰਬਾਨੀਆਂ ਦਾ ਵਿਆਹ, ਦਲਜੀਤ ਦੋਸਾਂਝ ਦੀ ਵੀਡੀਓ ਵਾਇਰਲ ਹੋ ਰਹੀਆਂ ਨੇ, ਉਹੀ ਦਿਖਾਉਣ ਦੇ ਵਿੱਚ ਲੱਗੇ ਹੋਏ ਨੇ। ਪਰ ਦੂਜੇ ਪਾਸੇ ਵਿਦੇਸ਼ ਤੋਂ ਆਇਆ ਹੋਇਆ ਇੱਕ ਜੋੜਾ ਜਿਸਦੇ ਨਾਲ ਵੱਡੀ ਘਟਨਾ ਵਾਪਰ ਗਈ, ਪਰ ਕੋਈ ਮੀਡੀਆ ਬੋਲਣ ਨੂੰ ਤਿਆਰ ਨਹੀਂ, ਮੂੰਹ ਤੋਂ ਬੰਦ ਕਰਕੇ ਬੈਠ ਗਏ ਨੇ, ਕੋਈ ਵੀ ਦਿਖਾਉਣ ਨੂੰ ਤਿਆਰ ਨਹੀਂ। ਕਿਵੇਂ ਦੇਖਦੇ ਹੋ ਜੀ ਇਸ ਘਟਨਾ ਨੂੰ? ਹਰਤੇਜ ਸਿੰਘ, ਬਹੁਤ ਸ਼ਰਮਸਾਰ ਕਰਨ ਵਾਲੀ ਘਟਨਾ ਹੈ। ਮਨੁੱਖਤਾ ਦੇ ਖਾਸ ਕਰਕੇ ਭਾਰਤੀਆਂ ਦੇ ਮੱਥੇ ਤੇ ਕਲੰਕ ਹੈ ਵੱਡਾ ਇਹ। ਪਹਿਲੀ ਤਾਂ ਗੱਲ ਜਿਹੜੀ ਤੁਸੀਂ ਸ਼ੁਰੂ ਕੀਤੀ ਹੈ ਮੀਡੀਆ ਦੀ, ਕਿਉਂਕਿ ਮੀਡੀਆ ਨੇ ਅੱਗੇ ਗੱਲ ਪਹੁੰਚਾਉਣੀ ਹੁੰਦੀ ਹੈ, ਇਹ ਬਿਲਕੁਲ ਵੀ ਹੀ ਮਰਿਆਦਾ ਤੋਂ ਟੁੱਟ ਚੁੱਕਿਆ ਤੇ ਪੈਸੇ ਨੂੰ ਮੁੱਖ ਰੱਖ ਕੇ, ਕਿਉਂਕਿ ਇੱਕ ਪਾਸੇ ਠੀਕ ਹੈ ਕੋਈ ਵੀ ਤੁਸੀਂ ਕੰਮ ਕਰ ਰਹੇ ਹੋ, ਪਰ ਟੀਵੀ ਤੇ ਬਾਰ ਬਾਰ ਇੱਕ ਅਮੀਰ ਘਰਾਣੇ ਦਾ ਵਿਆਹ ਤਾਂ ਦਿਖ ਰਿਹਾ, ਵਿਆਹ ਤਾਂ ਗਰੀਬ ਦਾ ਵੀ ਹੈ ਹੀ ਹੈ, ਉਹ ਆਪਣੇ ਕੁਝ ਵੱਧ ਕਰ ਲੈਂਦਾ ਫੰਕਸ਼ਨ, ਬਿਲਕੁਲ, ਤੇ ਵਿਆਹ ਤਾਂ ਗਰੀਬ ਦਾ ਵੀ, ਗੱਲ ਤਾਂ ਵਿਆਹ ਦੀ ਹੈ, ਪਰ ਉਹ ਦਿਖਾਉਣਾ ਤਾਂ ਇਹੀ ਚਾਹੀਦਾ ਵੀ ਗਰੀਬ ਦੀ ਧੀ ਕਿਵੇਂ ਉੱਠੇਗੀ ਘਰ ਦੇ ਵਿੱਚੋਂ, ਪਰ ਬਾਰ ਬਾਰ ਉੱਥੇ ਦਿਖਾਇਆ ਜਾ ਰਿਹਾ। ਗੱਲ ਹੁਣ ਇੱਥੇ ਇਹ ਵੀ ਨਹੀਂ ਹੈ, ਇੱਥੇ ਸਵਾਲ ਇਹ ਬਣਦਾ ਕਿ ਵਿਆਹ ਕਿਉਂ ਦਿਖਾਇਆ ਜਾਂਦਾ, ਪਰ ਦੂਜੇ ਪਾਸੇ ਗੱਲ ਇਹ ਹੈ ਉਸੇ ਸਮੇਂ ਭਾਰਤ ਦੇ ਵਿੱਚ ਜਿਸ ਨੂੰ ਕਿਹਾ ਜਾਂਦਾ ਮੇਰਾ ਭਾਰਤ ਮਹਾਨ, ਉੱਥੇ ਅਜਿਹੀ ਘਟਨਾ ਹੋ ਜਾਵੇ, ਵਿਦੇਸ਼ ਵਿੱਚ ਫਰਾਂਸ ਚੋਂ ਚੱਲ ਕੇ ਕਿੰਨੇ ਹੀ ਦੇਸ਼ਾਂ ਦੇ ਵਿੱਚ ਉਹ ਘੁੰਮੇ ਨੇ, ਹਰ ਇੱਕ ਨੇ ਪਿਆਰ ਦਿੱਤਾ, ਸਤਿਕਾਰ ਦਿੱਤਾ, ਹਾਂਜੀ,
ਪਰ ਭਾਰਤ ਵਿੱਚ ਤਾਂ ਸਭ ਤੋਂ ਵੱਧ ਪਿਆਰ ਸਤਿਕਾਰ ਲਈ ਮੰਨੇ ਜਾਂਦੇ ਨੇ, ਉਹ ਸਾਰੇ ਘੁੰਮ ਕੇ ਜੋ ਜੋੜਾ ਇੱਥੇ ਪਹੁੰਚਦਾ ਹੈ ਭਾਰਤ ਦੇ ਵਿੱਚ ਝਾਰਖੰਡ ਪਹੁੰਚਦਾ, ਤਾਂ ਕੀ ਉਹਨਾਂ ਦੀ ਦੁਰਦਸ਼ਾ ਹੁੰਦੀ ਹੈ, ਬੇਪਤੀ ਹੁੰਦੀ ਹੈ, ਕੁੱਟਮਾਰ ਹੁੰਦੀ ਹੈ, ਲੁੱਟਖੋ ਹੁੰਦੀ ਹੈ ਉਹਨਾਂ ਦਰਿੰਦਿਆਂ ਨੇ। ਜੇ ਅੱਜ ਗੱਲ ਕਰੀਏ, ਰਾਵਣ ਨੇ ਇੱਕ ਗਲਤੀ ਕੀਤੀ ਸੀ ਕਿ ਸੀਤਾ ਜੀ ਨੂੰ ਚੁੱਕਿਆ ਸੀ, ਉਹਨਾਂ ਦਾ ਹਰ ਸਾਲ ਉਹਨੂੰ ਸਾੜਿਆ ਜਾਂਦਾ, ਇਹਨਾਂ ਤਾਂ ਰਾਵਣ ਤੋਂ ਵੀ ਵੱਧ ਕੀਤਾ, ਇਹਨਾਂ ਦਾ ਫੈਸਲਾ ਕੀ ਹੋਵੇਗਾ ਫਿਰ? ਅਜਿਹੇ ਲੋਕ ਹੱਕਦਾਰ ਨਹੀਂ ਹੈ ਕਿ ਕਿਸੇ ਵੀ ਸਜ਼ਾ ਦੇ ਲਈ। ਫਿਰ ਕਿੰਨਾ ਸਮਾਂ ਬੀਤ ਗਿਆ, ਕਿੰਨੇ ਬੰਦਿਆਂ ਦੇ ਨਾਂ ਆਏ, ਹੁਣ ਤੱਕ ਸਾਹਮਣੇ ਨਹੀਂ ਆਇਆ। ਦੇਖੋ ਮੈਂ ਤਾਂ ਸਭ ਤੋਂ ਪਹਿਲਾਂ ਇਹੀ ਕਹਾਂਗਾ ਕਿ ਭਾਵੇਂ ਕੋਈ ਕਿਤੇ ਵੀ ਵੱਸਦਾ, ਜੇਕਰ ਅਸੀਂ ਭਾਰਤ ਵਿੱਚ ਵੱਸਦੇ ਹਾਂ ਤਾਂ ਸਾਡੇ ਮੱਥੇ 'ਤੇ ਕਲੰਕ ਹੈ ਕਿ ਸਾਡੀ ਇਨਸਾਨੀਅਤ ਸਭ ਤੋਂ ਵੱਧ ਮੰਨੀ ਜਾਂਦੀ ਹੈ। ਪਰ ਉੱਥੇ ਜਾ ਕੇ ਅਜਿਹਾ ਕੰਮ ਹੋ ਜਾਵੇ, ਕੋਈ ਆਵਾਜ਼ ਵੀ ਨਾ ਉੱਠੇ ਮੀਡੀਆ ਰਾਹੀਂ, ਕੋਈ ਮੋਮਬੱਤੀ ਮਾਰਚ ਵੀ ਨਹੀਂ ਹੋਏ, ਕੋਈ ਪ੍ਰੋਟੈਸਟ ਵੀ ਨਹੀਂ ਹੋਏ, ਕੋਈ ਅਜੇ ਦੋਸ਼ੀ ਕਿਉਂ? ਉਹ ਇਨਸਾਨ ਤਾਂ ਹੈ ਸੀ ਪਰ ਬਾਹਰ ਤੋਂ ਆਏ ਸੀ, ਸਾਨੂੰ ਕੋਈ ਲੈਣਾ ਦੇਣਾ ਨਹੀਂ। ਕਿਤੇ ਅੱਜ ਮੀਡੀਆ ਦੇ ਉੱਤੇ ਵੀ ਤੇ ਸਰਕਾਰਾਂ ਦੇ ਉੱਤੇ ਵੀ ਸਵਾਲ ਜ਼ਰੂਰ ਖੜੇ ਹੁੰਦੇ ਨੇ, ਕਿਤੇ ਨਾ ਕਿਤੇ ਇਹ ਸਾਡੇ ਭਾਰਤ ਦਾ ਜਿਹੜਾ ਅਕਸਰ ਧੁੰਦਲਾ ਕਰ ਦਿੱਤਾ ਇਸ ਘਟਨਾ ਨੇ ਪੂਰੇ ਦੇਸ਼ਾਂ ਦੇ ਵਿੱਚ ਉਹਨਾਂ ਦੇ ਸਾਹਮਣੇ। ਤਾਂ ਕਿਵੇਂ ਵੇਖਦੇ ਹੋ ਕਿ ਇੱਕ ਪਾਸੇ ਗੁਰੂਆਂ ਪੀਰਾਂ ਕੰਬਦੇ ਧਰਤੀ ਭਾਰਤ ਦੇਸ਼ ਨੂੰ ਕਿਹਾ ਜਾਂਦਾ, ਪਰ ਉਸੇ ਭਾਰਤ ਦੇਸ਼ ਦੇ ਵਿੱਚ ਏਦਾਂ ਦੀ ਪਹਿਲੀ ਵਾਰ ਘਟਨਾ ਨਹੀਂ ਵਾਪਰੀ? ਪਹਿਲਾਂ ਮਣੀਪੁਰ ਦੀ ਘਟਨਾ ਤੁਸੀਂ ਦੇਖੀ ਹੋਣੀ, ਕਿਵੇਂ ਨੰਗਾ ਨਾਚ ਕੀਤਾ ਗਿਆ, ਕਿਵੇਂ ਉਸ ਔਰਤ ਨੂੰ ਵਸਤਰ ਕਰਕੇ ਉਸ ਨੂੰ ਘੁਮਾਇਆ ਗਿਆ। ਉਸ ਤੋਂ ਬਾਅਦ ਫਿਰ ਏਦਾਂ ਦੇ ਦਰਿੰਦੇ ਅਜੇ ਵੀ ਲੱਗਦਾ ਕਿ ਭਾਰਤ ਦੇਸ਼ ਦੇ ਵਿੱਚ ਏਦਾਂ ਦੇ ਦਰਿੰਦੇ ਹਜੇ ਵੀ ਲੋਕ ਸ਼ਾਮਲ ਨੇ? ਬਿਲਕੁਲ, ਜੇਕਰ ਦੇਖੋ ਜਿਹੜਾ ਗੁਰੂਆਂ ਦੀ ਸਿੱਖਿਆ ਤੇ ਅੱਜ ਚੱਲ ਰਿਹਾ ਪੰਜਾਬ ਸਭ ਤੋਂ ਮੋਹਰੀ ਹੈ। ਕੋਈ ਅਜਿਹੀ ਘਟਨਾ ਹੁੰਦੀ ਅੱਜ ਪੰਜਾਬ ਇੱਕਦਮ ਖੜਾ ਹੋ ਜਾਂਦਾ ਹੈ ਦੋਸ਼ੀਆਂ ਦੇ ਵਿਰੁੱਧ, ਪਰ ਉੱਥੇ ਅਜਿਹਾ ਕੁਝ ਨਾ ਹੋਣਾ। ਉਹ ਫਿਰਕੂ ਲੋਕ ਜਿਹੜੇ ਦੂਜੇ ਨੂੰ ਤਾਂ ਸਬਕ ਸਮਝਾਉਂਦੇ ਨੇ ਕਿ ਅਸੀਂ ਅੱਜ ਰਾਜ ਕਰਾਂਗੇ, ਅਸੀਂ ਇਹ ਬਣਾ ਲਿਆ, ਅਸੀਂ ਉਹ ਬਣਾ ਦੇਣਾ, ਤੇ ਉਹ ਆਪਣੇ ਧਰਮ ਦੀ ਗੱਲ ਕਰਦੇ ਨੇ, ਤੇ ਇੱਕ ਹੀ ਉਹਨਾਂ ਨੂੰ ਸਿਰਫ ਮੋਦੀ ਦਿਖ ਰਿਹਾ ਹੈ ਔਰੰਗਜ਼ੇਬ ਦੀ ਤਰ੍ਹਾਂ, ਕਿ ਉਹ ਧਰਮ ਤਬਦੀਲ। ਧਰਮ ਤਾਂ ਅੰਦਰ ਦਇਆ ਭਾਵਨਾ ਹੋਣੀ ਚਾਹੀਦੀ ਹੈ, ਜਦੋਂ ਤੁਹਾਡੇ ਅੰਦਰ ਦਇਆ ਨਹੀਂ ਸਿਰਫ ਸ਼ਕਲ ਬਦਲ ਕੇ ਧਰਮੀ ਬਣ ਜਾਈਦਾ। ਇਹ ਲੋਕਾਂ ਨੇ ਜੋ ਕੁਝ ਕੀਤਾ, ਅੱਜ ਮੋਦੀ ਨੂੰ ਵੀ ਉਸ ਤੇ ਤੁਰੰਤ ਬਿਆਨ ਆਉਣਾ ਚਾਹੀਦਾ ਸੀ, ਮੀਡੀਆ ਦੇ ਵੀ ਕੈਮਰਿਆਂ ਦੇ ਮੂੰਹ ਦੂਜੇ ਪਾਸੇ ਮੁੜ ਜਾਣੇ ਚਾਹੀਦੇ ਸੀ, ਤੇ ਇਨਸਾਨੀਅਤ ਸਾਨੂੰ ਵੀ ਕਿਤੇ ਨਾ ਕਿਤੇ ਜਿਹੜੀ ਝੰਜੋੜਦੀ ਹੈ ਇਹ ਆਵਾਜ਼ ਚੁੱਕਣੀ ਬਣਦੀ ਸੀ। ਜਿਵੇਂ ਅੱਜ ਤੁਸੀਂ ਇਹ ਪਹਿਲ ਕੀਤੀ ਹੈ ਕਿ ਮੁੱਦਾ ਟੀਵੀ ਤੇ ਲਿਆਂਦਾ, ਤੇ ਜ਼ਰੂਰ ਹੋਣਾ ਚਾਹੀਦਾ। ਇਸ ਤੋਂ ਵੱਡੀ ਤਾਂ ਹੁਣ ਕੋਈ ਕਹੀ ਨਹੀਂ ਜਾ ਸਕਦੀ, ਜਿਨ੍ਹਾਂ ਦੇ ਨਾਲ ਬੀਤੀ ਹੈ ਉਹਨਾਂ ਨੂੰ ਪਤਾ, ਤੇ ਆਪਣੀਆਂ ਪੀੜ੍ਹੀਆਂ ਤੱਕ ਵੀ ਦੱਸਣਗੇ ਕਿ ਕਿਤੇ ਵੀ ਦੁਨੀਆਂ ਦੇ ਵਿੱਚ ਘੁੰਮ ਲਿਓ, ਇੱਕ ਭਾਰਤ ਨਾ ਬਣਿਓ, ਆਹ ਕਿਤੇ ਲਾਈਨ ਜਿਹੜੀ ਹੱਦ ਹੈ ਕ੍ਰੋਸ ਨਾ ਕਰ ਜਾਇਓ। ਤੇ ਹੁਣ ਇਸ ਤੋਂ ਵੱਡੀ ਗੱਲ ਕਹਿਣ ਨੂੰ ਕੀ ਰਹਿ ਜਾਂਦੀ ਹੈ? ਪੰਜਾਬੀ ਬਾਹਰ ਰਹੇ ਤਾਂ ਉਹ ਵੀ ਸੋਚਦੇ ਨੇ ਕਿ ਅਸੀਂ ਭਾਰਤ ਦੇ ਵਿੱਚ ਆਉਣੇ, ਪੰਜਾਬ ਦੇ ਵਿੱਚ ਮੁੜ ਕੇ ਜਾਈਏ, ਪਰ ਜਦੋਂ ਏਦਾਂ ਦੀ ਘਟਨਾ ਵਾਪਰਦੇ ਨੇ ਉਹ ਵੀ ਵਿਦੇਸ਼ੀ ਜੋੜੇ ਦੇ ਨਾਲ, ਤਾਂ ਲੱਗਦਾ ਕਿ ਉਹਨਾਂ ਦੇ ਮਨਾਂ ਦੇ ਵਿੱਚ ਡਰ ਬੈਠ ਗਿਆ ਕਿ ਭਾਰਤ ਦੇ ਵਿੱਚ ਏਦਾਂ ਦਰਿੰਦੇ ਪੈਦਾ ਹੋ ਚੁੱਕੇ ਨੇ ਜਿਨ੍ਹਾਂ ਦੇ ਕਾਰਨ ਸਾਡੀ ਬਹੂ ਬੇਟੀਆਂ ਸੁਰੱਖਿਅਤ ਨਹੀਂ। ਬਿਲਕੁਲ ਜਾਏਗਾ ਜੀ, ਜਿਹੜੇ ਹੁਣ ਉੱਥੇ ਦੇ ਦੇਸ਼ਾਂ ਦੇ ਸੁਣਨਗੇ, ਜਿਵੇਂ ਚੰਡੀਗੜ੍ਹ ਦੇ ਵਿੱਚ ਇੱਕ ਲੜਕੀ ਕਾਤੀਏ ਦੇ ਨਾਲ ਉਦੋਂ ਆਪਣੇ ਬੇਅੰਤ ਪਰਿਵਾਰ ਦੇ ਇਹਨਾਂ ਦੇ ਅੱਗੇ ਬੇਟਿਆਂ ਨੇ ਕੀਤਾ ਸੀ, ਤੇ ਜਿਹੜੇ ਅੱਜ ਉਹ ਬੋਲ ਵੀ ਰਹੇ ਨੇ, ਲੋਕਾਂ ਨੂੰ ਸਿੱਖਿਆ ਵੀ ਦੇ ਰਹੇ ਨੇ, ਕਿੰਨਾ ਚਿਰ ਉਹ ਆਵਾਜ਼ ਉੱਠਦੀ ਰਹੀ, ਇੱਧਰ ਕਿੰਨਾ ਸਮਾਂ ਘੁੰਮਣ ਨਹੀਂ ਆਇਆ ਕੋਈ ਵੀ ਭਾਰਤ ਦੇ ਵਿੱਚ। ਪਰ ਹੁਣ ਜਦੋਂ ਐਡੀ ਬੜੀ, ਅੱਜ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ, ਇੱਕਦਮ ਉਹ ਗੱਲ ਫੈਲ ਗਈ ਹੈ ਸਾਰੇ ਦੇਸ਼ਾਂ ਦੇ ਵਿੱਚ, ਉਹ ਕਿਉਂ ਕੋਈ ਘੁੰਮਣ ਦੇ ਲਈ? ਮੈਂ ਜਿਹੜੀ ਪਹਿਲਾਂ ਗੱਲ ਕਰੀ ਹੈ ਵੀ ਉਹ ਕਹਿਣਗੇ ਵੀ ਦੁਨੀਆਂ ਦੇ 99% ਦੇਸ਼ਾਂ ਵਿੱਚ ਘੁੰਮ ਲਓ, ਪਰ ਨਹੀਂ, ਕਹਿੰਦੇ ਸੀ ਕਿ ਅਸੀਂ ਦੇਖ ਕੇ ਆਈਏ ਭਾਰਤ ਦਾ ਕਲਚਰ ਕਿੰਨਾ ਪਿਆਰਾ ਹੈ ਹੋਰ ਦੇਸ਼ਾਂ ਨੂੰ ਛੱਡ ਕੇ। ਪਰ ਹੁਣ ਇਹ ਕਿਤੇ ਦੇਖੋ ਸਵਾਲੀਆ ਚਿੰਨ ਤਾਂ ਲੱਗ ਗਿਆ ਹੈ ਕਿ ਉਹ ਕਹਿਣਗੇ ਕਿ ਉੱਥੇ ਅਜਿਹੇ ਅਸੀਂ ਸਭ ਇਨਸਾਨ ਵਿੱਚ ਆ ਜਾਂਦੇ ਹਾਂ, ਉਦੋਂ ਕਿ ਅਜਿਹੇ ਦਰਿੰਦੇ ਵੱਸਦੇ ਨੇ ਉੱਥੇ, ਇਹ ਕੁਝ ਹੋ ਜਾਂਦਾ, ਤੁਸੀਂ ਉੱਥੇ ਸੇਫ ਨਹੀਂ। ਬਿਲਕੁਲ ਵੀ ਆਪਾਂ
ਭਾਰਤ ਵਿੱਚ ਨਹੀਂ ਜਾਣਾ, ਕਿਤੇ ਵੀ ਘੁੰਮ ਲਓ ਤੇ ਜੇਕਰ ਸਾਡੀ ਸਰਕਾਰ ਮੰਨ ਲਓ ਕਿਸੇ ਭੇੜੀਏ ਨੇ ਅਜਿਹਾ ਕੰਮ ਘਿਨਾਉਣਾ ਕਰ ਦਿੱਤਾ, ਇੱਕਦਮ ਸਾਡੀਆਂ ਸਰਕਾਰਾਂ ਜਾਗਦੀਆਂ, ਪੁਲਿਸ ਕਾਰਵਾਈ ਕਰਦੀ, ਜੇ ਉਹਨਾਂ ਨੂੰ ਕਾਬੂ ਕਰਕੇ ਸਾਰੀ ਘਟਨਾ ਸਾਹਮਣੇ ਲਿਆਉਂਦੀ ਜਿਹੜੀ ਹੁਣ ਤੱਕ ਪਰਤ ਨਹੀਂ ਖੁੱਲ ਸਕੀ, ਤੇ ਫਾਸਟ ਟਰੈਕ ਤੇ ਕੇਸ ਚੱਲ ਕੇ ਅੱਗੇ ਜੋ ਸ਼ੁਰੂਆਤ ਹੁੰਦੀ ਵੀ ਬਹੁਤ ਜਲਦੀ ਕੁਝ ਮਹੀਨਿਆਂ ਵਿੱਚ ਪਤਾ ਲੱਗ ਜਾਂਦਾ ਕਿ ਉਹਨਾਂ ਨੂੰ ਸਜ਼ਾ ਇਹੀ ਹੋ ਗਈ, ਕੋਈ ਅੱਗੇ ਇਹਨੂੰ ਅਜਿਹਾ ਸੋਚੇ ਵੀ ਨਾ, ਫਿਰ ਹੌਸਲੇ ਕਿੱਥੋਂ ਖੁੱਲਦੇ ਨੇ ਅਜਿਹੇ ਜਿਹੜੇ ਭੇੜੀਏ ਨੇ ਜਦੋਂ ਉਹਨਾਂ ਨੂੰ ਬਣਦੀ ਸਜ਼ਾ ਨਹੀਂ ਦਿੱਤੀ ਜਾਂਦੀ, ਇੱਕ ਛੋਟੇ ਜਿਹੇ ਜੁਰਮ ਦੇ ਬਦਲੇ ਤਾਂ ਕਿਸੇ ਤੇ ਕੇਸ ਕਰ ਦਿੱਤੇ ਜਾਂਦੇ ਨੇ, ਪਰ ਅਜਿਹਾ ਕੁਝ ਇਨਸਾਨੀਅਤ ਨੂੰ ਸ਼ਰਮਸਾਰ ਵਾਲੀ ਗੱਲ ਹੋਵੇ ਤੇ ਉਹਨਾਂ ਨੂੰ ਤਾਂ ਸਮਾਜ ਵਿੱਚ ਜੀਣ ਦਾ ਕੋਈ ਹੱਕ ਹੀ ਨਹੀਂ। ਪਰ ਤਾਂ ਹੀ ਲੋਕ ਲੱਗਦੇ ਕਹਿੰਦੇ ਨੇ ਕਿ ਅਰਬ ਵਰਗੇ ਅਰਬ ਕੰਟਰੀਆਂ ਵਰਗੇ ਕਾਨੂੰਨ ਬਣਨੇ ਚਾਹੀਦੇ ਨੇ ਕਿ ਅਰਬ ਕੰਟਰੀਆਂ ਦੇ ਵਿੱਚ ਕਿਸੇ ਇਨਸਾਨ ਦੀ ਜ਼ਰੂਰਤ ਨਹੀਂ ਕਿ ਕਿਸੇ ਲੇਡੀਜ਼ ਦੇ ਬੰਨ ਜਾਂ ਕੋਈ ਏਦਾਂ ਦਾ ਰੇਪ ਕਰ ਦੇ ਜਾਂ ਫਿਰ ਕੋਈ ਹੱਕ ਚੱਕ ਕੇ ਦੇਖ ਜਾਵੇ, ਦੇਸ਼ ਤਾਂ ਉਹ ਵੱਸਦੇ ਨੇ, ਬਿਲਕੁਲ ਵਿਦੇਸ਼ ਦੇ ਵਿੱਚ ਹੀ ਵੱਸਦੇ ਨੇ, ਕਾਨੂੰਨ ਵੱਡੇ ਬਣੇ ਨੇ, ਕਾਨੂੰਨ ਤੇ ਕਾਰਵਾਈ ਵੱਡੀ ਹੁੰਦੀ ਹੈ। ਕਿਆ ਲੱਗਦਾ ਕਿ ਲੋਕ ਉਸ ਚੀਜ਼ ਦੀ ਮੰਗ ਕਰਦੇ ਨੇ ਕਿ ਸਾਡੀ ਬਹੂ ਬੇਟੀ ਤਾਂ ਸੁਰੱਖਿਅਤ ਰਹਿ ਸਕਦੀ? ਨਹੀਂ, ਬਿਲਕੁਲ ਜੋ ਹਾਲਾਤ ਅੱਜ ਬਣਦੇ ਜਾ ਰਹੇ ਨੇ, ਕਿਉਂਕਿ ਜਿਹੜਾ ਕਾਨੂੰਨ ਹੈ ਇਹ ਸਾਡੀ ਰੱਖਿਆ ਵਾਸਤੇ ਹੈ, ਸਾਨੂੰ ਸੇਫ ਰੱਖਦਾ, ਸਾਡੀ ਰਖਵਾਲੀ ਕਰਦਾ, ਕਹਿੰਦੇ ਵੀ ਉਹ ਨਿਆਂ ਦਾ ਦਾਤਾ, ਸਾਨੂੰ ਅਨਿਆਂ ਦਿੰਦਾ, ਪਰ ਉਹ ਕਾਨੂੰਨ ਤਾਂ ਆਪਣਾ ਕੰਮ ਕਰੇ, ਜਿਹੜੇ ਕਾਨੂੰਨ ਦੇ ਨੂੰ ਲਾਗੂ ਕਰਨਾ ਜਿਹਨਾਂ ਨੇ ਬੈਠ ਕੇ ਜਿਹੜੀਆਂ ਸਰਕਾਰਾਂ ਨੇ ਜਿਹੜੇ ਅੱਗੇ ਵਿਭਾਗ ਨੇ, ਜੇਕਰ ਉਹੀ ਕਹਿੰਦੇ ਹੁੰਦੇ ਕਿ ਪੰਜਾਬੀ ਦੇ ਵਿੱਚ ਬਾੜ ਖੇਤ ਨੂੰ ਖਾਣ ਲੱਗ ਜਾਵੇ, ਉਹੀ ਕਾਨੂੰਨ ਦੀ ਵਰਤੋਂ ਨਾ ਕਰਨ ਤੇ ਬਣਦੀ ਸਜ਼ਾ ਇਨਸਾਫ਼ ਲਈ ਨਾ ਮਿਲੇ, ਫਿਰ ਤਾਂ ਇਹ ਦੇਖੋ ਆਵਾਜ਼ ਤਾਂ ਉੱਠੇਗੀ। ਅੱਜ ਕੋਈ ਸੜਕ ਤੇ ਨਿਕਲ ਕੇ ਔਰਤ ਮਹਿਫੂਜ਼ ਨਹੀਂ, ਤੇ ਪਹਿਲਾਂ ਤਾਂ ਜਾਂਦੇ ਉਹਨਾਂ ਨੇ ਕਿਸੇ ਨਾ ਕਿਸੇ ਦੀਆਂ ਮੋਬਾਈਲ ਖੋਲਿਆ, ਕਿਸੇ ਦੀਆਂ ਵਾਲੀਆਂ ਝਟਕ ਲਈਆਂ, ਪਰ ਜੇ ਅਜਿਹੀਆਂ ਘਟਨਾਵਾਂ ਵੀ ਆਮ ਸਮਾਜ ਦੇ ਵਿੱਚ ਸਾਹਮਣੇ ਆਉਂਦੀਆਂ ਨੇ ਕਿ ਧੱਕੇਸ਼ਾਹੀ ਦੀਆਂ ਕਿ ਉਹ ਇਨਸਾਨ ਨਹੀਂ, ਉਹਨਾਂ ਨੂੰ ਜੀਣ ਦਾ ਹੱਕ ਨਹੀਂ, ਸਾਡੀਆਂ ਉਹ ਮਾਵਾਂ ਧੀਆਂ ਨਹੀਂ ਹੈ ਤੇ ਉਹ ਸਾਡੇ ਵਰਗੇ ਹੀ ਨੇ, ਜਦੋਂ ਸਾਡੇ ਕੋਲ ਆਇਆ ਅਸੀਂ ਕੋਈ ਬਾਹਰੋਂ ਉਹਨਾਂ ਨੂੰ ਸਤਿਕਾਰ ਦੇਈਏ, ਉਹਨਾਂ ਨੂੰ ਪਤਾ ਲੱਗੇ ਕਿ ਐਸੇ ਇਨਸਾਨ ਵੱਸਦੇ ਨੇ ਉੱਥੇ, ਧਰਮ ਤਾਂ ਹੈ ਜੇਕਰ ਸਾਡੇ ਕਰਮਾਂ ਵਿੱਚੋਂ ਉਪਜੇ, ਕਿ ਸਾਡਾ ਦਿਖਾਵਾ ਹੀ ਧਰਮ ਹੋਵੇਗਾ, ਇਹ ਲੋਕ ਕਿਹੜੇ ਰਾਮ ਰਾਜ ਦੀ ਗੱਲ ਕਰਦੇ ਨੇ ਫਿਰ, ਜੇ ਜਿਹੜਾ ਕੁਝ ਇਹਨਾਂ ਨੇ ਕੀਤਾ ਅੱਜ ਇਹ ਪੂਰੀ ਇਹਨਾਂ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ, ਤੇ ਹੁਣ ਵੀ ਵਕਤ ਹੈ ਅਜੇ ਵੀ ਮੋਦੀ ਕਿਤੇ ਨਾ ਕਿਤੇ ਇਸ ਬਾਰੇ ਜਾਗ ਲਵੇ, ਇਸ ਪਾਸੇ ਵੱਲ ਧਿਆਨ ਦੇ ਦੇਵੇ, ਉਹਨਾਂ ਦੇਸ਼ਾਂ ਤੋਂ ਮਾਫ਼ੀ ਵੀ ਮੰਗੇ। ਅੱਛਾ, ਕਈ ਲੋਕਾਂ ਦੇ ਇਹ ਵੀ ਸਵਾਲ ਨੇ ਨਾਲ ਦੀ ਨਾਲ ਕਿ ਕੁਛ ਭੜਕੀਲੇ ਕੱਪੜੇ ਪਾਉਣ ਨਾਲ, ਕੁਛ ਆਪਣੇ ਸਰੀਰ ਦੇ ਦਿਖਾਵੇ ਕਰਨ ਨਾਲ, ਸਰੀਰ ਦੀ ਨੁਮਾਇਸ਼ ਕਰਨ ਦੇ ਨਾਲ ਇੱਦਾਂ ਦੀ ਘਟਨਾ ਵਾਪਰਦੀਆਂ ਨੇ, ਪਰ ਦੂਜੇ ਪਾਸੇ ਸਵਾਲ ਇਹ ਵੀ ਨਾਲ ਦੀ ਨਾਲ ਲੋਕਾਂ ਦੇ ਇਹ ਵੀ ਖੜੇ ਹੁੰਦੇ ਨੇ, ਜਿਹੜੇ ਲੋਕ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਕਿ ਵਿਦੇਸ਼ਾਂ ਕਿ ਉਹਨਾਂ ਵਿਦੇਸ਼ਾਂ ਦੇ ਵਿੱਚ ਕਿਉਂ ਨਹੀਂ ਇੱਦਾਂ ਦੀ ਘਟਨਾ ਵਾਪਰਦੀਆਂ, ਸਾਡੇ ਦੇਸ਼ ਦੇ ਅੰਦਰ ਕਿਉਂ ਇੰਨੀ ਹਵਾਨੀਅਤ ਪੈਦਾ ਹੋ ਗਈ? ਦੇਖੋ, ਠੀਕ ਆ ਉਹ ਸਾਡੀ ਮਰਿਆਦਾ, ਅਸੀਂ ਆਪਣੇ ਸੰਜਮ ਵਿੱਚ ਰਹਿਣਾ, ਜਿਹੜੇ ਉਹ ਵਿਦੇਸ਼ ਉਹਨਾਂ ਦਾ ਆਪਣਾ ਕਲਚਰ ਹੈ, ਪਰ ਸਾਡੀ ਮਾਨਸਿਕਤਾ ਕਿੱਥੇ ਖੜੀ ਹੈ? ਸਵਾਲ ਤਾਂ ਇੱਥੇ ਆਉਂਦਾ, ਇੱਕਦਮ ਜੇਕਰ ਉਹੋ ਜਿਹੀ ਸਾਡੀਆਂ ਭੈਣਾਂ ਨੇ ਮਾਵਾਂ ਨੇ ਸਭ ਦੇ ਮਾਸ ਦੇ ਸਾਡੇ ਸਰੀਰ ਨੇ, ਸਾਡੀ ਮਾਨਸਿਕਤਾ ਕਿਸੇ ਨੂੰ ਦੇਖ ਕੇ ਇੱਦਾਂ ਭੜਕਦੀ ਹੈ, ਫਿਰ ਉਸ ਨੂੰ ਤਾਂ ਫਿਰ ਭੇੜੀਆ ਹੀ ਕਿਹਾ ਜਾਵੇਗਾ, ਫਿਰ ਕਸੂਰ ਉਹਨਾਂ ਦਾ ਨਹੀਂ ਹੈਗਾ। ਜੇ ਕੋਈ ਉਹ ਆਪਣੇ ਕਲਚਰ ਦੇ ਵਿੱਚ ਮੰਨ ਲਓ ਘੱਟ ਕੱਪੜੇ ਪਾਏ, ਤੇ ਤੁਹਾਡੇ ਅੰਦਰ ਸੋਚ ਅਜਿਹੀ ਹੈ, ਤੁਸੀਂ ਕੱਪੜੇ ਕਿਹੜੇ ਪਾਏ ਬੈਠੇ, ਤੁਹਾਡੇ ਅੰਦਰ ਤਾਂ ਬਿਲਕੁਲ ਨੰਗਾ ਹੋਈ ਪਈ ਹੈ ਸੋਚ ਜਿਹੜੀ ਹੈਗੀ ਹੈ, ਵੀ ਗੱਲ ਤਾਂ ਕਿਤੇ ਨਾ ਕਿਤੇ ਅਜਿਹੀ ਆਉਂਦੀ ਹੈ ਕਿ ਛੋਟੀ ਬੱਚੇ ਨਾਲ ਵੀ ਤਾਂ ਰੇਪ ਹੁੰਦਾ, 6 ਸਾਲ ਦੀ ਆਪਾਂ ਚਟੋਲੀ ਦੀ ਗੱਲ ਕਰੀਏ ਕਿ ਉਹਨਾਂ ਨੇ ਕਿਹੜੇ ਭੜਕੀਲੇ ਕੱਪੜੇ ਪਾ ਲਏ ਸੀ। ਦਇਆ ਭਾਵਨਾ ਦੀ ਸੋਚ ਦੀ ਗੱਲ ਸਾਡੇ ਹਿੰਦੁਸਤਾਨ ਵਿੱਚ ਸਭ ਤੋਂ ਵੱਧ ਹੈ, ਪਰ ਫਿਰ ਇੱਥੋਂ ਤਾਂ ਅਜਿਹੀ ਗੱਲ ਹੋਣੀ ਨਹੀਂ ਚਾਹੀਦੀ, ਜਿਵੇਂ ਤੁਸੀਂ ਕਿਹਾ ਕਿ ਬਾਹਰ ਤਾਂ ਕਦੇ ਅਜਿਹੀ ਘਟਨਾ ਨਹੀਂ ਸਾਹਮਣੇ ਆਉਂਦੀ, ਫਿਰ ਇੱਥੇ ਹੀ ਕਿਉਂ? ਕਿਤੇ ਨਾ ਕਿਤੇ ਇਹੀ ਹੈ ਕਿ ਅੱਪਰਲੀਆਂ ਸਿਫਾਰਿਸ਼ਾਂ ਨਾਲ ਅਸੀਂ ਛੁੱਟ ਜਾਵਾਂਗੇ, ਕਾਨੂੰਨ ਤੇ ਵੀ ਹੱਥ ਬੰਨ ਲਵਾਂਗੇ, ਕਿਤੇ ਨਾ ਕਿਤੇ ਇਹ ਤਾਂ ਘਟਨਾਵਾਂ ਅਜਿਹੀਆਂ ਸਾਹਮਣੇ ਆਉਂਦੀਆਂ
ਅਗਰ ਸਰਕਾਰਾਂ ਸੁਹਿਰਦ ਹੋਣ, ਕਾਨੂੰਨ ਨੂੰ ਸਹੀ ਰੂਪ ਵਿੱਚ ਲਾਗੂ ਕਰਕੇ ਇਹਨਾਂ ਨੂੰ ਮੌਕੇ ਤੇ ਬਣਦੀ ਸਜ਼ਾ ਮਿਲੇ ਤਾਂ ਸ਼ਾਇਦ ਅਜਿਹਾ ਕੋਈ ਨਾ ਸੋਚ ਸਕੇ। ਬਿਲਕੁਲ, ਬਹੁਤ ਬਹੁਤ ਧੰਨਵਾਦ। ਤੇ ਦੇਖੋ ਕਿ ਜਿਸ ਤਰੀਕੇ ਨਾਲ ਇਨਸਾਨੀਅਤ ਸ਼ਰਮਸ਼ਾਰ ਹੋਈ ਹੈ, ਦੇਸ਼ ਦਾ ਨਾਮ ਮਿੱਟੀ ਦੇ ਵਿੱਚ ਰੁੜਿਆ ਹੈ, ਵੱਡੇ ਵੱਡੇ ਮੀਡੀਆ ਨਹੀਂ ਦਿਖਾਇਆ, ਕੋਸ਼ਿਸ਼ ਅਸੀਂ ਕੀਤੀ ਹੈ ਇਸ ਮੁੱਦੇ ਨੂੰ ਚੁੱਕਣ ਦੀ, ਭਾਵੇਂ ਦਿੱਲੀ ਤੱਕ ਇਹ ਮੁੱਦਾ ਨਾ ਪਹੁੰਚੇ, ਪਰ ਆਪਣੀ ਜ਼ਮੀਰ ਜਾਗਦੇ ਹੋਏ ਇਸ ਮੁੱਦੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਆ। ਉਮੀਦ ਕਰਦੇ ਹਾਂ ਤੁਸੀਂ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਉਸ ਵਿਦੇਸ਼ੀ ਜੋੜੇ ਨੂੰ ਇਨਸਾਫ ਦਵਾਓਗੇ, ਕਿਉਂਕਿ ਸਾਡਾ ਮਕਸਦ ਇਹੀ ਹੁੰਦਾ ਕਿ ਜੋ ਜੋ ਮੁੱਦਾ ਪੰਜਾਬ ਦਾ ਹੋਵੇ, ਦੇਸ਼ ਦਾ ਹੋਵੇ, ਜਿੱਥੇ ਕੋਈ ਨਹੀਂ ਬੋਲਦਾ ਉੱਥੇ ਬੋਲਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਦੂਜੇ ਪਾਸੇ ਇਹ ਵੀ ਦੱਸ ਦਿੰਦੇ ਹਾਂ ਕਿ ਇੱਦਾਂ ਦੀ ਸ਼ਰਮਸ਼ਾਰ ਘਟਨਾ ਮੁੜ ਤੋਂ ਨਾ ਵਾਪਰੇ। ਜ਼ਿਆਦਾਤਰ ਆਪਣੇ ਅਸੀਂ ਆਪਣੇ ਇਲਾਕੇ ਨੂੰ ਸੰਭਾਲ ਕੇ ਰੱਖੀਏ, ਆਪਣੇ ਪੰਜਾਬ ਨੂੰ ਸੰਭਾਲ ਕੇ ਰੱਖੀਏ, ਆਪਣੇ ਦੇਸ਼ ਨੂੰ। ਪਰ ਆਉਣ ਵਾਲੇ ਦੇਖਦੇ ਹਾਂ ਕਿ ਉਸ ਵਿਦੇਸ਼ੀ ਜੋੜੇ ਨੂੰ ਸਾਹ ਮਿਲਦਾ ਜਾਂ ਨਹੀਂ। ਸਰਕਾਰਾਂ ਦੇ ਉੱਤੇ ਨਜ਼ਰਾਂ ਲੋਕਾਂ ਦੇ ਟਿਕੀਆਂ ਹੋਈਆਂ ਨੇ, ਪਰ ਵਿਆਹਾਂ ਦੇ ਵਿੱਚ ਰੁੱਝੇ ਹੋਏ ਸੀ, ਮੀਡੀਆ ਰੁੱਝਿਆ ਹੋਇਆ ਸੀ, ਜਾਂ ਫਿਰ ਹੋਰ ਲੋਕ, ਉਹਨਾਂ ਦੀ ਨਜ਼ਰਾਂ ਵਿਆਹਾਂ ਤੱਕ ਹੀ ਸੀਮਤ ਸੀ, ਉਸ ਜੋੜੇ ਤੱਕ ਕਿਉਂ ਨਹੀਂ ਪਹੁੰਚੀਆਂ। ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਚੈਨਲ ਰਾਹੀਂ ਇਹ ਖਬਰ ਦਿਖਾਈ ਹੈ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਆਪਣੇ ਕਮੈਂਟ ਜੋੜ ਦਿਓ ਕਿ ਉਹਨਾਂ ਦਰਿੰਦਿਆਂ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਵਿਦੇਸ਼ੀ ਉਸ ਔਰਤ ਦੇ ਨਾਲ ਇੱਦਾਂ ਦਾ ਕਾਰਨਾਮਾ ਕੀਤਾ ਹੈ। ਅਤੇ ਦੇਖਦੇ ਕਿ ਆਉਣ ਵਾਲੇ ਦਿਨਾਂ 'ਚ ਕੀ ਉਹਨਾਂ ਨੂੰ ਸਜ਼ਾ ਮਿਲਦੀ ਹੈ, ਤੁਹਾਨੂੰ ਸਮਝ ਦੱਸੇਗਾ। ਤੁਹਾਡੇ ਨਾਲ ਕੈਮਰਾਮੈਨ ਜਸਪ੍ਰੀਤ ਦੇ ਨਾਲ ਹਰਤੇਜ ਸਿੰਘ।